ਸ਼੍ਰੋਮਣੀ ਅਕਾਲੀ ਦਲ ਦੇ ਮੁੜ ਤੋਂ ਜੋ ਹੈ ਇੱਕ ਵਾਰ ਭਰੋਸਾ ਜਿਤਾਇਆ ਹੈ ਰਣੀਕੇ ਸਾਹਿਬ ਨੂੰ ਟਿਕਟ ਦੇ ਕੇ ਫਰੀਦਕੋਟ ਤੋਂ ਨਵਾਜਿਆ, ਸਾਡੇ ਨਾਲ ਮੌਜੂਦ ਨੇ ਸਰ। ਸਭ ਤੋਂ ਪਹਿਲਾਂ ਤੁਹਾਡਾ ਦੈਨਿਕ ਸਵੇਰਾ ਤੇ ਸਵਾਗਤ ਹੈ ਜੀ। ਥੈਂਕ ਯੂ ਸਰ। ਅਕਾਲੀ ਦਲ ਨੇ ਭਰੋਸਾ ਜਿਤਾਇਆ ਤੁਹਾਡੇ ਤੇ, ਅਕਾਲੀ ਦਲ ਨੇ ਤੁਹਾਡੇ ਸਰ ਭਰੋਸਾ ਜਿਤਾਇਆ ਹੈ, ਕੀ ਲੱਗਦਾ ਹੈ ਬੇੜੀ ਪਾਰ ਹੋ ਪਾਊਗੀ ਅਕਾਲੀ ਦਲ ਦੀ? ਸ਼੍ਰੋਮਣੀ ਅਕਾਲੀ ਦਲ ਨੇ, ਪ੍ਰਧਾਨ ਸਾਹਿਬ ਨੇ, ਸਾਹਿਬ ਸਪੀਕਰ ਸਿੰਘ ਬਾਦਲ ਸਾਹਿਬ ਨੇ ਜਿਤਾਇਆ। ਮੈਂ ਸਮਝਦਾ ਕਿ ਖਾਸ ਕਰਕੇ ਜਿਹੜੀਆਂ ਫਰੀਦਕੋਟ ਦੀਆਂ ਸਾਰੀਆਂ ਹਲਕੇ ਦੀਆਂ ਸੰਗਤਾਂ ਨੇ ਔਰ 9 ਦੇ 9 MLA ਸਾਹਿਬਾਨ, ਸਾਡੇ ਸਾਬਕਾ ਵਜ਼ੀਰ ਸਾਹਿਬਾਨ, ਸਾਡੇ ਸੀਨੀਅਰ ਮਲੂਕਾ ਸਾਹਿਬ, ਜਿੱਤਣਾ ਸਾਹਿਬ, ਤੋਦਾ ਸਿੰਘ ਹੋਰੀ, ਬਰਾੜ ਸਾਹਿਬ, ਮਾਣਾ ਜੀ, ਢਿੱਲੋਂ ਸਾਹਿਬ, ਸਾਰੇ ਸੂਬਾ ਸਿੰਘ ਵਗੈਰਾ ਸਾਰੇ ਜਿੰਨੇ, ਇਹਨਾਂ ਨੇ ਵੀ ਮਤਲਬ ਸਾਰੀ ਸਰਸਮਤੀ ਨਾਲ ਜਿਹੜਾ ਇਹਦਾ ਫੈਸਲਾ ਜਿਹੜਾ ਲਿਆ। ਇਸ ਕਰਕੇ ਗੁਰੂ ਕਿਰਪਾ ਕਰੂਗਾ ਸੰਗਤਾਂ ਦੇ ਸਾਰਾ, ਜਿਹੜੇ 2 ਸਾਲ 2 ਲੱਗ ਗਿਆ ਕਾਂਗਰਸ ਦੇ ਲੰਘੇ, ਤੀਸਰਾ ਸਾਲ ਜਿਹੜਾ ਜਾ ਰਿਹਾ, ਅਤੇ ਲੋਕ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਵੀ ਜੋ ਕੁਝ ਉਹਨਾਂ 2 ਸਾਲਾਂ ਦੇ ਵਿੱਚ ਰੰਗ ਲੋਕਾਂ ਨੂੰ ਦਿਖਾਇਆ, ਵਾਅਦੇ ਤਾਂ ਕੀ ਪੂਰੇ ਕਰਨੇ ਨੇ। ਮਾਨਸਿਕ ਤੌਰ 'ਤੇ ਬੜਾ ਲੋਕਾਂ ਨੂੰ ਪਰੇਸ਼ਾਨੀਆਂ, ਪਰਚਿਆਂ ਦੀਆਂ, ਪੰਚਾਇਤਾਂ ਵੇਲੇ ਪਰਚੇ ਰੱਦ ਕਰਾਉਣੇ, ਸੰਮਤੀਆਂ ਵਾਲੇ ਕਰਾਉਣੇ, ਜ਼ਿਲ੍ਹਾ ਪ੍ਰੀਸ਼ਦ ਵਾਲੇ ਕਰਾਉਣੇ, ਉਹ ਸਾਰੇ ਲੋਕ ਚਲੋ ਸਰਕਾਰਾਂ ਬਣਦੀਆਂ ਸੇਵਾ ਵਾਸਤੇ ਮਹਿੰਦੇ, ਸਾਡੇ ਵਰਗੇ ਜਿਹੜੇ ਬਣਦੇ ਸੇਵਾ ਵਾਸਤੇ ਬਣਦੇ, ਨਾ ਕਿ ਲੋਕਾਂ ਨੂੰ ਪਰੇਸ਼ਾਨੀਆਂ ਕਰਨਾ। ਅਤੇ ਲੋਕ ਹਰ ਇੱਕ ਵਰਗ ਜਿਹੜਾ ਆਪਣਾ ਇਨਸਾਫ ਲੈਣ ਵਾਸਤੇ ਸੜਕਾਂ 'ਤੇ ਆਹੀ ਅੱਜ ਵੀ ਸੜਕਾਂ 'ਤੇ ਫਿਰ ਰਹੇ ਨੇ। ਇਸ ਕਰਕੇ ਕੋਈ ਵੀ ਗੱਲ ਪੂਰੀ ਨਹੀਂ ਕੀਤੀ, ਲੋਕਾਂ ਨੂੰ ਸਾਰਾ ਗੁਰੂ ਕਿਰਪਾ ਕਰੂ ਅਕਾਲੀ ਦਲ ਦਾ ਉਮੀਦਵਾਰ ਅਤੇ BJP ਦੇ, ਔਰ ਸਾਰੇ ਦੇ ਸਾਰੇ ਜਿਹੜੇ ਉਹ ਪੰਜਾਬ 'ਚ ਵੀ ਜਿੱਤਣਗੇ, ਇੱਥੋਂ ਵੀ ਜਿੱਤਣਗੇ। ਕਾਂਗਰਸ 'ਤੇ ਜਿਸ ਤਰੀਕੇ ਕਾਂਗਰਸ ਹੁਣ ਤੱਕ ਸਾਹਮਣਾ ਕਰਦੀ ਆ ਰਹੀ ਹੈ, ਓਪਰੇਸ਼ਨ ਬਲੂ ਸਟਾਰ ਦਾ ਆਰੋਪ ਹੈ, ਦਰਬਾਰ ਸਾਹਿਬ 'ਤੇ ਹਮਲੇ ਦਾ ਆਰੋਪ ਹੈ, ਉਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ 'ਤੇ ਇੱਕ ਬੇਅਦਬੀ ਦਾ ਜੋ ਇੱਕ ਦਾਗ ਕਿਹਾ ਜਾ ਸਕਦਾ ਲੱਗਿਆ ਹੈ, ਕੀ ਲੱਗਦਾ ਹੈ ਉਸ ਤੋਂ ਉਭਾਰ ਸਕੋਗੇ ਪਾਰਟੀ ਨੂੰ? ਦੇਖੋ, ਜੋ ਸੱਚ ਹੈ ਕੂੜਨ ਖੁੱਟੇ ਨਾਨਕਾ ਉੜ ਸੱਚਰੀ, ਆਉਣਾ ਸੱਚ ਹੈ ਸਾਹਮਣੇ। ਸ਼੍ਰੋਮਣੀ ਅਕਾਲੀ ਦਲ ਕਦੀ ਸੋਚ ਵੀ ਨਹੀਂ ਸਕਦਾ, ਜਾਂ ਕੋਈ ਆਮ ਜਿਹੜਾ ਮਨ ਕੋਈ ਵੀ ਬੰਦਾ ਜਿਹੜਾ ਨਹੀਂ ਸੋਚ ਸਕਦਾ ਗੁਰੂ ਬਾਰੇ, ਕਰਨਾ ਤਾਂ ਦੁੱਖ ਦੀ ਗੱਲ ਹੈ, ਸੋਚ ਵੀ ਨਹੀਂ ਸਕਦਾ, ਉਹਦੀ ਜ਼ਬਾਨ ਸੜ ਜਾਵੇ, ਉਹਦੀਆਂ ਅੱਖਾਂ ਰਹਿ ਜਾਣ, ਇਹੋ ਜਿਹੇ ਜਿਹੜੇ ਗੁਰੂ ਦੇ ਬਗੈਰ ਤਾਂ ਆਪਾਂ ਸਾਹ ਨਹੀਂ ਲੈ ਸਕਦੇ, ਅਤੇ ਗੁਰੂ ਬਗੈਰ ਇਹੋ ਜਿਹੀਆਂ ਗੱਲਾਂ ਕਰਨੀਆਂ ਇਹੋ ਜਿਹੀਆਂ ਹੋਣੀਆਂ, ਉਹਦੇ ਇੱਕ ਸਾਜ਼ਿਸ਼ ਜਿਹੜੀ ਉਹ ਸਿਆਸਤ ਖੇਡਦੇ ਵੀ ਚਲੋ ਇਸ ਤਰ੍ਹਾਂ ਕਰ ਕਰਕੇ ਲੋਕਾਂ 'ਚ ਬਦਨਾਮ ਬੇੜਾ ਕਰੀਏ, ਆਉਣਾ ਸੱਚ ਹੀ ਆ। ਇਹੀ ਕਹਿੰਦੇ ਵੀ ਨਿਰਪੱਖ ਜਿਹੜੀ ਕਰਾਉਣ ਜਾਂ ਜਿਹੜੀ ਹੈਗੀ ਚੱਲ ਰਹੀ ਹੈ, ਕਾਨੂੰਨ ਤੋਂ ਕੋਈ ਉੱਪਰ ਨਹੀਂ, ਅਤੇ ਗੁਰੂ ਤੋਂ, ਪਹਿਲੀ ਗੱਲ ਤਾਂ ਗੁਰੂ ਤੋਂ ਕੋਈ ਉੱਪਰ ਨਹੀਂ ਹੁੰਦਾ। ਇੱਕ ਦੇਖਿਆ ਜਾ ਰਿਹਾ ਜਿਸ ਤਰੀਕੇ ਨਾਲ ਹੁਣ ਲੱਗਦਾ ਕਿ ਜੋ ਹੈ ਸਾਰੀ ਪਾਰਟੀਆਂ ਦਾ ਨਿਸ਼ਾਨਾ ਜੋ ਸ਼੍ਰੋਮਣੀ ਅਕਾਲੀ ਦਲ ਹੈ, ਕੀ ਲੱਗਦਾ ਹੈ ਤੁਹਾਨੂੰ ਹੁਣ ਜਿਵੇਂ ਇੱਕ ਫਰੀਦਕੋਟ ਨੂੰ ਬਾਹਰੀ ਕੈਂਡੀਡੇਟ ਮਿਲਿਆ ਹੈ, ਲੋਕ ਭਰੋਸਾ ਕਰਨਗੇ? ਬਾਹਰੀ ਨਹੀਂ, ਆਪਣਾ ਪਰਿਵਾਰ ਹੀ ਆ। ਮੈਂ ਤੁਹਾਨੂੰ ਪਹਿਲਾਂ ਦੱਸਿਆ, ਹਫ਼ਤਾ ਪਹਿਲਾਂ ਮੈਂ 90 ਹਲਕਿਆਂ ਦੇ ਸਾਰੇ ਮੀਟਿੰਗਾਂ ਆਪ ਕਰਕੇ ਗਿਆ, ਹਲਕੇਬਾਜ਼ ਕੀਤੀਆਂ, ਉਹ ਤੋਂ ਪਿਛਲੇ ਸਾਲ 12 'ਚ ਵੀ ਕੀਤੀਆਂ ਸੀ, ਜਦੋਂ ਚੋਣਾਂ ਸੀ ਉਦੋਂ ਵੀ ਕੀਤੀਆਂ, ਆਉਂਦੇ ਜਾਂਦੇ ਸੀ। ਮੈਂ ਬਤੌਰ ਸੇਵਾਦਾਰ ਸ਼੍ਰੋਮਣੀ ਅਕਾਲੀ ਦਲ ਐਸੀ ਵਿੰਗ ਦਾ ਵੀ ਸਾਰੇ ਮਤਲਬ ਦੇਖਦਾ ਹੀ, ਔਰ ਜਿੱਥੇ ਜਿੱਥੇ ਵੀ ਅਸੀਂ ਜਰਾਣੇ 'ਚ ਵੀ ਕਰਕੇ ਆਏ, ਇੱਥੇ ਵੀ ਕਰਨੇ ਆ। 3 ਵਾਰਾਂ ਮੈਂ ਮਿਨਿਸਟਰ ਵੀ ਰਿਹਾ, ਉਦੋਂ ਵੀ ਸੇਵਾ ਗੁਰੂ ਨੇ ਬਖਸ਼ਿਸ਼ ਕੀਤੀ ਹੈ, 4 ਵਾਰਾਂ ਮੈਂ MLA ਵੀ ਰਿਹਾ, 2 ਵਾਰਾਂ ਮੈਂ ਸਰਪੰਚ ਵੀ ਰਿਹਾ। ਇਸ ਕਰਕੇ ਆਉਣ ਜਾਣ ਪਰਿਵਾਰਾਂ ਵਾਂਗੂ ਬਣੇ ਹੀ ਆ, ਕੋਈ ਉੱਪਰੀ ਗੱਲ ਕੋਈ ਨਹੀਂ ਹੈਗੀ, ਗੁਰੂ ਨੇ ਕਿਰਪਾ ਕੀਤੀ ਅਤੇ ਤੁਹਾਨੂੰ ਸਮਾਂ ਦੱਸੇਗਾ। ਸਭ ਤੁਹਾਡੇ 'ਤੇ ਜਦੋਂ ਜਦੋਂ ਤੁਸੀਂ ਮੰਤਰੀ ਸੀਗੇ, ਪਸ਼ੂ ਪਾਲਣ ਮੰਤਰੀ, ਉਸ ਵਕਤ ਸਰ ਆਰੋਪ ਲੱਗੇ ਸੀਗੇ ਕਿ ਤੁਸੀਂ ਫਰੀਦਕੋਟ ਜਿਹੜਾ ਹੈਦਰਾ ਏਰੀਆ ਹੈ, ਇੱਥੋਂ ਚੰਗੇ ਚੰਗੇ ਡਾਕਟਰ ਜੋ ਸਾਰੇ ਤੁਸੀਂ ਇੱਥੋਂ ਲੈ ਕੇ ਚੱਕ ਕੇ, ਉਸ ਵਕਤ ਦੇ ਆਰੋਪ ਜੋ ਨੇ ਅੱਜ ਵੀ ਲੋਕਾਂ 'ਤੇ ਅਸਰ ਉਸ ਚੀਜ਼ ਦਾ ਹੈਗਾ? ਕਦੀ ਸੋਚ ਵੀ ਨਹੀਂ ਸਕਦੇ ਆਪਾਂ ਵੀ ਸਾਨੂੰ ਕੀ ਇੱਥੋਂ ਦੱਸੋ ਵੀ ਕਿਸੇ ਦਾ ਵਿਰਕਰਾ ਕਰਨਾ, ਜਿਹੜਾ ਸੇਵਾਦਾਰ ਬੰਦਾ ਉਹ ਸਾਰਿਆਂ ਦਾ ਸਾਂਝਾ ਬੰਦਾ, ਭਾਵੇਂ ਫਰੀਦਕੋਟ ਆ, ਭਾਵੇਂ ਅੰਮ੍ਰਿਤਸਰ ਆ, ਭਾਵੇਂ ਗੁਰਦਾਸਪੁਰ ਜਾਂ ਹੋਰ ਵੀ। ਇਸ ਕਰਕੇ ਇਹੋ ਜਿਹੀ ਕਦੀ ਵੀ ਨਹੀਂ ਹੋ ਸਕਦੀ। ਸਗੋਂ 4-5 ਆਪਣੇ 800 ਅਸੀਂ ਡਾਕਟਰ ਭਰਤੀ ਕੀਤੇ ਸੀ, ਇੰਸਪੈਕਟਰ ਵੀ ਕੀਤੇ ਸੀ, ਹੁਣ ਤਾਂ ਇੱਕ ਵੀ ਨਹੀਂ ਕੀਤਾ, ਹੁਣ ਤਾਂ ਸਾਰੇ ਰਿਟਾਇਰ ਕਰੀ ਜਾਂਦੇ। ਉਹਨਾਂ ਦਾ ਸਾਡਾ ਪਹਿਲੀ ਗੱਲ ਤਾਂ ਕੰਮਾਂ ਕਾਰਾਂ 'ਚ ਕੋਈ ਮੁਕਾਬਲਾ ਨਹੀਂ, ਇਹ ਗੁਰੂ ਦੀ ਬਖਸ਼ਿਸ਼ ਹੈ, ਕਿਰਪਾ ਕਹਿ ਲਓ। ਅਤੇ ਸਾਡੇ ਲੀਡਰ ਜਿਹੜੇ ਸੀ ਬਾਦਲ ਸਾਹਿਬ, ਮੁੱਖ ਮੰਤਰੀ ਸਾਡੇ, ਜਿਹੜੇ ਸੀ ਕੰਮ ਜ਼ਿਆਦਾ ਕਰਦੇ ਅਤੇ ਵਾਅਦੇ ਘੱਟ ਕਰਦੇ, ਇਹਨਾਂ ਨੇ ਵਾਅਦਿਆਂ ਦੀਆਂ ਝੜੀਆਂ ਲਾਤੀਆਂ ਅਤੇ ਕੀਤਾ ਇੱਕ ਵਾਰੀ। ਸਰ ਆਖਰੀ ਸਵਾਲ ਮੇਰਾ, ਲੋਕ ਤੁਹਾਡੇ 'ਤੇ ਯਕੀਨ ਕਿਉਂ ਕਰਨ? ਇਹਦੇ ਗੁਰੂ ਸਾਹਿਬ ਨੇ ਕਰਾਇਆ, ਕਰਨਗੇ ਨਹੀਂ ਕਰਾਇਆ, ਸੰਮਤੀ ਨਾਲ। ਮੈਂ ਤੁਹਾਨੂੰ ਦੱਸਣ ਦਾ ਫੈਸਲਾ, ਤੁਸੀਂ ਆਪਾਂ ਵਾਰ ਵਾਰ ਇਹੋ ਗੱਲ, ਸੰਮਤੀ ਨਾਲ ਇਹ ਫੈਸਲਾ ਸੀਟ 'ਤੇ ਹੋਇਆ, ਮਤਲਬ ਸਾਰੇ 9 MLA ਸਾਹਿਬ ਜਿਹੜੇ ਇੰਚਾਰਜ ਨੇ ਸਾਡੇ, ਸਾਬਕਾ ਵਜ਼ੀਰ, ਸਾਰੀ ਸੰਗਤ ਨੇ, ਇਹ ਆਪ ਬਹੁਮਤ ਕੀਤਾ। ਅਤੇ ਮੈਨੂੰ ਤਾਂ ਸੇਵਾ ਕਰਮਾਂ ਜੋ ਹੈਗੀ ਤਾਂ ਇੱਥੇ ਮੈਂ ਕਰਨੀ ਕਰਨੀ ਹੈ, ਮੈਨੂੰ ਤਾਂ ਗੁਰੂ ਦਾ ਭਰੋਸਾ ਅਤੇ ਸੰਗਤਾਂ ਦੇ ਭਰੋਸਾ। ਵਿਰੋਧੀ ਕੈਂਡੀਡੇਟਸ ਨੂੰ ਕਿਵੇਂ ਮੰਨਦੇ ਹੋ? ਹਾਂ, ਵਿਰੋਧੀ ਕੈਂਡੀਡੇਟਸ ਨੂੰ ਕਿਵੇਂ ਮੰਨਦੇ ਹੋ? ਵਿਰੋਧੀਆਂ ਨੇ ਉਹ ਆਪਣੀ ਚਾਲੇ ਚੱਲਣਗੇ, ਅਸੀਂ ਆਪਣੇ ਚੱਲਾਂਗੇ। ਮੈਂ ਤਾਂ ਕਦੇ ਨਿੰਦਿਆ ਵੀ ਘੱਟ ਹੀ ਕਰਦਾ ਲੋਕਾਂ ਦੀ, ਕਿਉਂਕਿ ਨਿੰਦੇ ਜਿਹੜੇ ਨਿੰਦਿਆ ਕਰਨੀ ਉਹ ਵੀ ਭਾਰ ਹੀ ਚੜ੍ਹਦਾ ਸਿਰ 'ਤੇ, ਉਹਨਾਂ ਦੇ ਜੋ ਕੁਝ ਲੋਕਾਂ ਦੇ ਸਾਹਮਣੇ ਆ ਜਾਣੀਆਂ ਗੱਲਾਂ, ਅਸੀਂ ਆਪਣੀ ਗੱਲ ਜਿਹੜੀ ਹੈ ਉਹ ਰੱਖਾਂਗੇ। ਅਤੇ ਵਿਰੋਧੀਆਂ ਨੇ ਤੁਹਾਨੂੰ ਦੱਸਿਆ ਵੀ 2 ਸਾਲ 'ਤੇ ਸਰਕਾਰ ਨੂੰ ਹੋ ਗਏ, ਵਾਅਦੇ ਤੁਹਾਨੂੰ ਵੀ ਪਤਾ, ਮੈਨੂੰ ਵੀ ਪਤਾ, ਕਿਸਾਨ ਵੀਰਾਂ ਨਾਲ, ਨੌਜਵਾਨਾਂ ਨਾਲ, ਦਲਿਤ ਵਰਗ ਦੇ ਨਾਲ, ਵਪਾਰੀ ਨਾਲ, ਮੁਲਾਜ਼ਮ ਨਾਲ, ਸਾਰਿਆਂ ਨੇ ਕੀਤੇ ਅਤੇ ਸਾਰਿਆਂ ਨੂੰ ਸੜਕਾਂ 'ਤੇ ਆਉਣਾ ਪਿਆ ਆਪਣੇ ਹੱਕ ਲੈਣ ਵਾਸਤੇ, ਕੋਈ ਵੀ ਪੂਰਾ ਜਿਹੜਾ ਨਹੀਂ ਹੋਇਆ। ਇਸ ਕਰਕੇ ਵਿਰੋਧੀ ਕੋਈ ਐਡੀ ਗੱਲ ਫਲ ਲਈ ਨਹੀਂ, ਇਹਦੇ ਅਕਾਲੀ ਦਲ ਜਿਹੜਾ ਸ਼ਹੀਦਾਂ ਦੀ ਜਥੇਬੰਦੀ, ਇਹਨਾਂ ਨੇ ਕੰਮ
ਜਿੰਨਾ ਮਨ ਹੈ ਪੰਜਾਬ 'ਚ ਵਿਕਾਸ ਹੋਇਆ ਕਿਸੇ ਜ਼ਿਲ੍ਹੇ 'ਚ ਚਲੇ ਜਾਓ। ਇਹ ਉਦੋਂ ਹੋਇਆ ਜਦੋਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਲਈ ਅਤੇ ਇਹੋ ਜਿਹੀਆਂ ਜਿਹੜੀ ਟਹਿਲਾਂ ਲੱਗੀਆਂ ਅੱਜ ਉਹੀ ਹੁਣ ਉੱਥੋਂ ਬਠਿੰਡੇ ਉੱਥੋਂ ਆਏ ਅੰਮ੍ਰਿਤਸਰੋਂ ਅਤੇ ਡੇਢ ਘੰਟੇ ਜਾ ਕੇ ਅਤੇ ਸੜਕਾਂ ਦਾ ਪਤਾ ਹੀ ਕੋਈ ਨਹੀਂ ਕਿੱਧਰ ਨੂੰ ਮੁੜਨਾ ਅਤੇ ਕਿੱਧਰ। ਇਹ ਤਾਂ ਬਾਹਰਲੇ ਫੋਰਨ 'ਚ ਬਣੀਆਂ ਇਹੋ ਜਿਹੀਆਂ ਸੜਕਾਂ ਜਿਹੜੀਆਂ ਬਣੀਆਂ ਜਿਹੜੀਆਂ ਸ਼੍ਰੋਮਣੀ ਅਕਾਲੀ ਵਿਕਾਸ ਦੇ ਪੱਖੋਂ ਅੱਜ ਲੋਕ ਯਾਦ ਕਰ ਲੱਗ ਪਏ। ਮੁਹੰਮਦ ਸਦੀਕ ਦੇ ਆਰੋਪ ਲੱਗ ਰਹੇ ਨੇ ਕਿ ਉਹਨਾਂ ਜਵਾਈ ਜੋ ਹੈ ਉਹ ਲੀਡਰੀ ਕਰਦਾ ਹੈ, ਉਹ ਜੋ ਹੈ ਕਰਪਸ਼ਨ ਕਰਦਾ ਹੈ ਸੂਰਜ ਵਰਤਵਾ। ਚਲੋ ਉਹਦੇ ਹੁਣ ਨੂੰ ਪਤਾ ਹੋਊਗਾ, ਲੋਕਾਂ ਨੇ ਜਵਾਬ ਦੇ ਦੇਣਾ ਉਹਦਾ ਕੀ ਆਪਾਂ। ਤਾਂ ਇਹ ਸੀਗੇ ਸਾਡੇ ਨਾਲ ਗੁਲਜਾਰ ਸਿੰਘ ਰਣੀਕੇ, ਜਿਨ੍ਹਾਂ ਨੂੰ ਉਮੀਦਵਾਰ ਐਲਾਨਿਆ ਗਿਆ ਹੈ ਫਰੀਦਕੋਟ ਤੋਂ। ਲੋਕਾਂ ਦੇ ਗੱਲ ਕਹੀ ਜਾਵੇ ਤਾਂ ਉਹਨਾਂ ਨੇ ਕਹਿਣਾ ਕਿ ਜੋ ਉਹਨਾਂ ਲਾਂ ਦੇ ਲੋਕ ਨੇ ਸਰਵਸੰਮਤੀ ਨਾਲ ਉਹਨਾਂ ਦਾ ਨਾਂ ਅੱਗੇ ਲਿਆਂਦਾ ਗਿਆ, ਉਸ ਤੋਂ ਬਾਅਦ ਜੋ ਹੈ ਉਹਨਾਂ ਨੂੰ ਐਲਾਨਿਆ ਗਿਆ ਹੈ। ਫਿਲਹਾਲ ਵੇਖਣਾ ਇਹ ਹੈ ਕਿ ਇਸ ਤੋਂ ਬਾਅਦ ਜੋ ਹੈ ਰਣੀਕੇ ਸਾਹਿਬ ਆਪਦੀ ਰਣਨੀਤੀ ਕੀ ਲੈ ਕੇ ਚੱਲਦੇ ਨੇ ਅਤੇ ਲੋਕਾਂ ਦੇ ਦਿਲ ਵਿੱਚ ਆਪਦੀ ਜਗ੍ਹਾ ਬਣਾ ਸਕਦੇ ਨੇ ਜਾਂ ਫਿਰ ਨਹੀਂ। ਫਰੀਦਕੋਟ ਤੋਂ ਕੈਮਰਾ ਪਰਸਨ ਰਾਜੇਸ਼ ਬਾਗੜੀ ਦੇ ਨਾਲ ਸੂਰਜ ਪ੍ਰਕਾਸ਼, ਦੈਨਿਕ ਸਵੇਰਾ ਟੀਵੀ। ਜੇਕਰ ਤੁਹਾਡੇ ਆਸ ਪਾਸ ਹੋ ਰਹੀ ਹੈ ਚੋਣ ਜ਼ਾਬਤੇ ਦੀ ਉਲੰਘਣਾ ਜਾਂ ਫਿਰ ਵਾਪਰ ਰਹੀ ਹੈ ਕੋਈ ਵੱਡੀ ਘਟਨਾ ਤਾਂ ਚੱਕੋ ਮੋਬਾਈਲ ਅਤੇ ਦੈਨਿਕ ਸਵੇਰਾ ਦੇ ਇਸ ਮੋਬਾਈਲ ਨੰਬਰ 'ਤੇ ਦਿਓ ਪੂਰੀ ਜਾਣਕਾਰੀ। ਦੈਨਿਕ ਸਵੇਰਾ ਬਣੇਗਾ ਤੁਹਾਡੀ ਆਵਾਜ਼ ਅਤੇ ਨਸ਼ਰ ਕਰੇਗਾ ਤੁਹਾਡੀ ਹਰ ਸਮੱਸਿਆ। ਇਸ ਦੇ ਨਾਲ ਹੀ ਲੋਕ ਸਭਾ 2019 ਦੀ ਹਰ ਅਪਡੇਟ ਦੇਖਣ ਦੇ ਲਈ ਸਬਸਕ੍ਰਾਈਬ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਤੇ ਲਾਈਕ ਕਰੋ ਦੈਨਿਕ ਸਵੇਰਾ ਦਾ ਆਫੀਸ਼ੀਅਲ ਫੇਸਬੁੱਕ ਪੇਜ। ਪੇਜ ਨੂੰ ਲਾਈਕ ਕਰਨ ਦੇ ਲਈ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਲਈ ਡਿਸਕ੍ਰਿਪਸ਼ਨ 'ਚ ਦਿੱਤੇ ਲਿੰਕ 'ਤੇ ਕਰੋ ਕਲਿੱਕ ਅਤੇ ਤੁਰੰਤ ਪਾਓ ਇਹਨਾਂ ਚੋਣਾਂ ਦੀ ਹਰ ਜਾਣਕਾਰੀ।